ਸ੍ਰੀਕਾਲ ਨਮਸਤੇ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰ ਫਿਰ ਮੇਰੇ ਚੈਨਲ ਲਰਨ ਪੰਜਾਬੀ ਵਿਦ ਮੋਹਿਤਾ ਵਿੱਚ ਸੋ ਅੱਜ ਦੀ ਇਸ ਲੜੀ ਵਿੱਚ ਜਿਹੜੀ ਕਿ ਅੱਜ ਮੈਂ ਬਹੁਤ ਟਾਈਮਾਂ ਦਾ ਇੱਕ ਵੀਡੀਓ ਫੇਰ ਅਪਲੋਡ ਕਰਨ ਜਾ ਰਹੀ ਹਾਂ ਜਿਵੇਂ ਕਿ ਤੁਹਾਡੇ ਸਾਰਿਆਂ ਦੇ ਜਿਹੜੇ ਕਿ ਫਾਈਨਲ ਪੇਪਰ ਹਨ 10ਵੀਂ 12ਵੀਂ ਦੇ ਨਜ਼ਦੀਕ ਆ ਗਏ ਹਨ 10ਵੀਂ ਦਾ ਤਾਂ ਪਹਿਲਾ ਹੀ ਪੇਪਰ ਪੰਜਾਬੀ ਦਾ ਹੋਵੇ 27 ਫਰਵਰੀ ਦਾ ਹੈ ਸੋ ਉਸ ਵਾਸਤੇ ਬੱਚਿਆਂ ਦੀ ਹੈਲਪ ਕਰਨ ਵਾਸਤੇ ਮੈਂ ਕੁਝ ਇੰਪੋਰਟੈਂਟ ਕੁਐਸਚਨ ਲੈ ਕੇ ਇਸ ਵੀਡੀਓ ਨੂੰ ਪਾ ਰਹੀ ਹਾਂ ਜਿਦੇ ਵਿੱਚ ਮੈਂ ਕਵਿਤਾ ਭਾਗ ਦੇ ਵਾਕ ਤੇ ਵਾਰਤਕ ਭਾਗ ਦੇ ਜਿਹੜੇ ਕਿ ਕੁਐਸਚਨ ਲੱਗ ਦੱਸੇ ਹਨ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਉਹਨਾਂ ਕੁਐਸਚਨਾਂ ਨੂੰ ਹੀ ਵੇਟੇਜ ਦਿੰਦੀ ਹਾਂ ਜਿਨ੍ਹਾਂ ਦੇ ਕਿ ਪੇਪਰ 'ਚ ਆਉਣ ਦੀ ਬਹੁਤ ਜ਼ਿਆਦਾ ਉਮੀਦ ਹੈ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਉਸੇ ਤਰ੍ਹਾਂ ਇਸ ਵਾਰੀ ਫੇਰ ਇਹ ਵੀਡੀਓ ਅਪਲੋਡ ਕਰ ਰਹੀ ਹਾਂ ਕੁਐਸਚਨ ਤੁਹਾਨੂੰ ਸਮਝਾ ਰਹੀ ਹਾਂ ਸਿਰਫ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੇਰੇ ਇੰਪੋਰਟੈਂਟ ਕੁਐਸਚਨ ਹੀ ਪੜ੍ਹ ਕੇ ਚਲੇ ਜਾਓ ਜਿਹੜੇ ਬੱਚੇ ਪੜ੍ਹ ਸਕਦੇ ਨੇ ਪੂਰਾ ਸਿਲੇਬਸ ਚੰਗੀ ਤਰ੍ਹਾਂ ਕਰਕੇ ਜਾਓ ਜਿਹੜੇ ਨਹੀਂ ਕਰ ਸਕਦੇ ਉਹ ਇਹੀ ਕੋ ਇੰਪੋਰਟੈਂਟ ਕੁਐਸਚਨ ਵੀ ਕਰ ਜਾਓਗੇ ਤਾਂ ਵੀ ਤੁਸੀਂ ਸਿਰਫ ਪਾਸ ਨਹੀਂ ਬਹੁਤ ਵਧੀਆ ਨੰਬਰਾਂ ਦੇ ਨਾਲ ਜਿਹੜਾ ਕਿ ਪਾਸ ਹੋ ਜਾਓਗੇ ਪਰ ਆਪਣੀ ਕੋਸ਼ਿਸ਼ ਪੂਰੀ ਜਾਰੀ ਰੱਖਣਾ ਦਿਨ ਬਹੁਤ ਥੋੜੇ ਰਹਿ ਗਏ ਹਨ ਸੋ ਮੇਰੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਮੈਂ ਇੰਪੋਰਟੈਂਟ ਕੁਐਸਚਨ ਚੁਣੇ ਹਨ ਉਹ ਪਿਛਲੇ ਕੁਐਸਚਨ ਪੇਪਰਾਂ ਨੂੰ ਵੀ ਧਿਆਨ ਚ ਰੱਖਿਆ ਹੈ ਜਿਹੜੇ ਕਿ ਬੋਰਡ ਦੀ ਵੈਬਸਾਈਟ ਤੇ ਇਹ ਮਾਡਲ ਟੈਸਟ ਪੇਪਰ ਪਏ ਹਨ ਉਹਨਾਂ ਨੂੰ ਵੀ ਧਿਆਨ ਚ ਰੱਖਿਆ ਹੈ ਤੇ ਔਰ ਜਿਹੜਾ ਮੇਰਾ ਆਪਣਾ ਤਜਰਬੇ ਦੇ ਹਿਸਾਬ ਨਾਲ ਇੰਪੋਰਟੈਂਟ ਲੱਗਦੇ ਹਨ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਮੈਂ ਵੀਡੀਓ ਜਿਹੜੀ ਕਿ ਅਪਲੋਡ ਕਰ ਰਹੀ ਹਾਂ ਸੋ 올 ਦਾ ਬੈਸਟ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਵਧੀਆ ਨੰਬਰਾਂ ਨਾਲ ਤੁਸੀਂ ਪਾਸ ਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੂਬ ਤਰ ਆਹ ਹੁਣ ਆ ਸਿਕਸ ਕੁਐਸਚਨਾਂ ਤੇ ਇੱਕ ਨਜ਼ਰ ਜੜਾ ਮਾਰਦੇ ਸੋ ਏ ਨੇ 10ਵੀਂ ਕਲਾਸ ਦੇ ਕਵਿਤਾ ਭਾਗ ਦੇ ਇੰਪੋਰਟੈਂਟ ਕੁਐਸਚਨਸ ਸੁਆਣੀਆਂ ਉੱਪਰ ਕਿਸ ਤਾ ਅਸਰ ਪੈ ਗਿਆ ਹੈ ਪੀਜ਼ੇ ਤੇ ਬਰਗਰਾਂ ਦਾ ਰਸੋਈ ਵਿੱਚੋਂ ਕੀ ਗੁੰਮ ਹੈ ਚਾਟੀਆਂ ਤੇ ਮਦਾਣੀਆਂ ਰੁੱਖਾਂ ਹੇਠ ਕੁੜੀਆਂ ਕੀ ਕਰਦੀਆਂ ਹਨ ਤੀਆਂ ਲਾਉਂਦੀਆਂ ਕਿਕਲੀ ਪਾਉਂਦੀਆਂ ਹਨ ਰੋਮ ਰੋਮ ਵਿੱਚ ਕੌਣ ਵਸਦਾ ਹੈ ਪੰਜਾਬੀ ਬੋਲੀ ਦਾ ਸਨਮਾਨ ਕੋਕ ਦੀ ਆਵਾਜ਼ ਕਵਿਤਾ ਕਿਸ ਦੀ ਰਚਨਾ ਹੈ ਡਾਕਟਰ ਦਿਵਿੰਦਰ ਬੀਬੀ ਪੁਰੀਆ ਦੀ ਮੇਜਮਾਨੀ ਕਵਿਤਾ ਕਿਸ ਦੀ ਲਿਖੀ ਹੋਈ ਹੈ ਸ਼ਾਹ ਹੁਸੈਨ ਦੀ ਮਾਨਵਤਾ ਦੀ ਸੇਵਾ ਲਈ ਧਰਤੀ ਸੰਗ ਹੋੰਦ ਵਿੱਚ ਕੌਣ ਆਏ ਹਨ ਰੁਖ ਆਏ ਹਨ ਲਾਡੋ ਅਕਵਾਉਣਾ ਕਿਸ ਨੂੰ ਚੰਗਾ ਲੱਗਦਾ ਹੈ ਜੰਮਣ ਵਾਲੀ ਤੀਨੋ ਗੋੜੀ ਬੈਰਾਗਨ ਹੱਲਾ ਤੀਸਰਾ ਕਵਿਤਾ ਕਿਸ ਨੇ ਲਿਖੀ ਹੈ ਗੁਰੂ ਅਮਰਦਾਸ ਜੀ ਨੇ ਜਨਮ ਮਰਨ ਦੇ ਚੱਕਰ ਵਿੱਚ ਜਾਂ ਗੇੜ ਵਿੱਚ ਕੌਣ ਰਹਿੰਦਾ ਹੈ ਹਮੇਸ਼ਾ ਮਨਮੁਖ ਕਿਸ ਦੀ ਮੇਜਮਾਨੀ ਦੀ ਗੱਲ ਕੀਤੀ ਗਈ ਹੈ ਮਿੱਤਰ ਪ੍ਰਭੂ ਦੀ ਕਿ ਤਾਬਤ ਸ਼ਬਦ ਤੋਂ ਕੀ ਭਾਵ ਹੈ ਲਿਖੀ ਹੋਈ ਚਿੱਠੀ ਕਿਸ ਯੋਧੇ ਦੀ ਜਾਨ ਇੱਕ ਬੁੱਢੀ ਨੇ ਬਚਾਈ ਸੀ ਲਕਸ਼ਮਨ ਦੀ ਅਲਾਣੀ ਮੰਜੀ ਤੋਂ ਕੀ ਭਾਵ ਹੈ ਬਿਨਾ ਬਿਸਤਰੇ ਦੀ ਮੰਜੀ ਤੌਫੀਕ ਸ਼ਬਦ ਦਾ ਕੀ ਅਰਥ ਹੈ ਵਿੱਤ ਜਾਂ ਸਮਰੱਥਾ ਪੰਜ ਪਾਣੀ ਦੀ ਧਰਤੀਆਂ ਪੰਜ ਪਾਣੀ ਕਿਸ ਨੂੰ ਕਿਹਾ ਗਿਆ ਹੈ ਪੰਜਾਬ ਦੀ ਧਰਤੀ ਨੂੰ ਦਸਵੰਦ ਤੋਂ ਕੀ ਭਾਵ ਹੈ ਆਪਣੀ ਕਮਾਈ ਦਾ ਦਸਵਾਂ ਹਿੱਸਾ ਲੋੜਵੰਦਾਂ ਉੱਤੇ ਖਰਚ ਕਰਨਾ ਗੁਰੂਪਦੇਸ਼ ਕਵਿਤਾ ਵਿੱਚ ਕਿਹੜੇ ਗੁਰੂ ਦਾ ਉਪਦੇਸ਼ ਅੰਕਿਤ ਹੈ ਗੁਰਗੋਬਿੰਦ ਸਿੰਘ ਜੀ ਦਾ ਗੁਰੂ ਜੀ ਨੇ ਖਾਲਸਾ ਕਲਸੇ ਨੂੰ ਕਿਹੜੇ ਪੰਜ ਕਕਾਰ ਬਖਸ਼ੇ ਹਨ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਗੁਰੂ ਜੀ ਨੇ ਸਿੰਘਾਂ ਨੂੰ ਕਿੰਨੀਆਂ ਬਾਣੀਆਂ ਦਾ ਪਾਠ ਕਰਨ ਲਈ ਕਿਹਾ ਹੈ ਪੰਜ ਬਾਣੀਆਂ ਦਾ ਮਾਸੀ ਕਿਹੜੀ ਭਾਸ਼ਾ ਨੂੰ ਕਿਹਾ ਗਿਆ ਹੈ ਹਿੰਦੀ ਨੂੰ ਰਫੀਕ ਸ਼ਬਦ ਦਾ ਕੀ ਅਰਥ ਹੈ ਦੋਸਤ ਪਦਮਸ਼੍ਰੀ ਪਾਤਰ ਦਾ ਪੂਰਾ ਨਾਮ ਕੀ ਹੈ ਸੁਰਜੀਤ ਪਾਤਰ ਪੰਜਾਬੀ ਦੇ ਕਿਸ ਕਿਸੇ ਦੋ ਕਿਸਾਕਾਰਾਂ ਦੇ ਨਾਮ ਦੱਸੋ ਪੀਲੂ ਵਾਰਿਸਾ ਫੁੱਲ ਕਿਸ ਦਾ ਪ੍ਰਤੀਕ ਹੈ ਮੁਹੱਬਤ ਦਾ ਪੱਛਮੀ ਹਵਾਵਾਂ ਤੋਂ ਕੀ ਭਾਵ ਹੈ ਪੱਛਮੀ ਸੱਭਿਆਚਾਰ ਧਰਮ ਦੀ ਸਾਂਝ ਕਿਸ ਨਾਲ ਹੈ ਰਹਿਮ ਤੇ ਕਰਮ ਨਾਲ ਕਿਸ ਦੀ ਰਾਖੀ ਕਰਨੀ ਚਾਹੀਦੀ ਹੈ ਗਊ ਗਰੀਬ ਤੇ ਔਰਤਾਂ ਦੀ ਦੁਨੀਆ ਦੇ ਸਾਰੇ ਬੰਦੇ ਕੀ ਹਨ ਇੱਕੋ ਰੱਬੀ ਨੂਰ ਮਹਿਫੂਜ਼ ਮਹਿਫੂਜ਼ ਸ਼ਬਦ ਦਾ ਕੀ ਅਰਥ ਹੈ ਸੁਰੱਖਿਅਤ ਦਸਾਂ ਗੁਰੂਆਂ ਨੇ ਕਿਹੜੀ ਜੋਤ ਬਾਲੀ ਸਿੱਖੀ ਦੀ ਕੁੱਖ ਵਿੱਚ ਪਈ ਧੀ ਮਾਤਾ ਕੀ ਮੰਗਦੀ ਹੈ ਜਨਮ ਹਰੀ ਦੇ ਬਖਸ਼ਿਸ਼ਾਂ ਕਿਰਪਾ ਨਾਲ ਕੀ ਮਿਲਦਾ ਹੈ ਸੂਰਮਾ ਗੁਰੂ ਮਨੁੱਖਤਾ ਦੇ ਸੱਚੇ ਸੇਵਾਦਾਰ ਕੌਣ ਹਨ ਰੁਕ ਹੁਣ ਸੈਕਿੰਡ ਪਾਗ ਹੈ ਜਿਹੜਾ ਵਾਰਤਕ ਪਾਗ ਹੈ ਪਹਿਲਾ ਕੁਐਸਚਨ ਹੈ ਕਿਸ ਦਾ ਕਾਲਾ ਮੌਸਮ ਆ ਗਿਆ ਹੈ ਨੰਬਰ 1 ਦੀ ਰੇਸ ਵਿੱਚੋਂ ਖੁਦਕੁਸ਼ੀਆਂ ਦਾ ਰੇੜੀਆਂ ਉੱਤੇ ਕਿਹੜਾ ਫਲ ਰੁੱਲਣ ਲੱਗ ਪਿਆ ਕਿੰਨੂ ਅਤੇ ਅੰਗੂਰ ਚਾਹ ਵਿੱਚ ਕਿਹੜਾ ਤੱਤ ਮੌਜੂਦ ਹੁੰਦਾ ਹੈ ਆਦਤਾਂ ਨਿਬੰਧ ਲੇਖ ਵਿੱਚੋਂ ਥਾਇਨਿਨ ਓਜ਼ੋਨ ਕਿਸਤਾ ਸ਼ੁੱਧ ਰੂਪ ਹੈ ਆਕਸੀਜਨ ਦਾ ਹੌਮੇ ਦੀਰਗ ਰੋਗ ਹੈ दारू ਵੀ ਇਸ ਮਾਹੀ ਤੋ ਕਿਹੜੇ ਗੁਰੂ ਜੀ ਦੀ ਹੈ ਗੁਰੂ ਅੰਗਦ ਦੇਵ ਜੀ ਦੀ ਵੱਡਾ ਰੋਗ ਕਿਹੜਾ ਹੈ ਹੈਂਕਰ ਅਤੇ ਹੌਮੇ ਦੀ ਮਾਰ ਵਿੱਚੋਂ ਹੌਮੇ ਕਾਫਲਾ ਕਿਹੜੇ ਰੰਗ ਦੇ ਪੱਥਰਾ ਵਿੱਚੋਂ ਲੰਘਿਆ ਸਲੇਟੀ ਰੰਗ ਦੇ ਆਸਟ੍ਰੇਲੀਆ ਦੇ ਕੌਮੀ ਜਾਨਵਰ ਦਾ ਨਾਮ ਦੱਸੋ ਕੰਗਾਰੂ ਗੂਗਲ ਇਨਪੁਟ ਟੂਲ ਕਿੰਨੀਆਂ ਭਾਸ਼ਾਵਾਂ ਵਿੱਚ ਕੰਮ ਕਰਦਾ ਹੈ 22 ਭਾਸ਼ਾਵਾਂ ਵਿੱਚ ਪੰਜਾਬੀ ਭਾਸ਼ਾ ਦੇ ਕਿਸੇ ਦੋ ਸੌਫਟਵੇਅਰਾਂ ਦੇ ਨਾਮ ਦੱਸੋ ਲਿਪੀਕਾਰ ਅਤੇ ਬਰਾਹ ਫੇਰੇ ਜੀ ਲੋਕ ਗੀਤਾਂ ਦੇ ਰੂਪ ਕਿਹੜੇ-ਕਿਹੜੇ ਹਨ ਲੋਰੀਆਂ ਕੋੜੀਆਂ ਸੁਹਾਗ ਬੋਲੀਆਂ ਆਦਿ ਕਮਲ ਦਾ ਫੁੱਲ ਕਿੱਥੋਂ ਨਿਕਲਦਾ ਹੈ ਚਿੱਕਰ ਚੋਂ ਕਲਾ ਕਿਸ ਦਾ ਮੁਜਸਮਾ ਹੈ ਸਤਿਅਮ ਸ਼ਿਵਮ ਸੁੰਦਰਮ ਦਾ ਗਾਰਡਨਰ ਨੇ ਕਿੰਨੀ ਤਰ੍ਹਾਂ ਦੀ ਬੁੱਧੀ ਬਾਰੇ ਬੁੱਧੀਆਂ ਬਾਰੇ ਦੱਸਿਆ ਹੈ 8 ਪ੍ਰਕਾਰ ਦੀ ਬੁੱਧੀਆਂ ਬਾਰੇ ਪ੍ਰੋਫੈਸਰ ਗਾਰਡਨ ਨੇ ਦੱਸਿਆ ਹੈ ਭਾਸ਼ਾਗਤ ਬੁੱਧੀ ਤਾਲਮਿਲ ਬੁੱਧੀ ਸੰਗੀਤਕ ਬੁੱਧੀ ਤਰਕਿਕ ਗਣਿਤਿਕ ਬੁੱਧੀ ਸ਼ਰੀਰਗਤ ਬੁੱਧੀ ਦ੍ਰਿਸ਼ਟੀਗਤ ਬੁੱਧੀ ਸਵੈ ਮੁਖੀ ਬੁੱਧੀ ਅਤੇ ਪ੍ਰਕਿਰਤੀ ਕਤੁਬੁੱਤੀ ਰਜਨੀ ਨੂੰ ਕਿਹੜੀ ਬਿਮਾਰੀ ਸੀ ਮੈਂ ਕਿਸੇ ਤੋਂ ਘੱਟ ਨਹੀਂ ਵਿੱਚੋਂ ਪੋਲੀਓ ਦੀ ਰੋਹਿਤ ਨੂੰ ਕਿਹੜੀ ਸਵਾਰੀ ਕਰਕੇ ਮਜ਼ਾ ਆ ਰਿਹਾ ਸੀ ਨਾਨੀ ਦੇ ਪਿਆਰ ਵਿੱਚੋਂ ਟਾਂਗੇ ਦੀ ਨਾਨਕ ਸਿੰਘ ਦਾ ਕਿਹੜਾ ਨਾਵਲ ਜੇਲ੍ਹ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਸੀ ਅਦਖੜੀ ਕਲੀ ਕੁੜੀਆਂ ਪ੍ਰਤੀ ਪਰਿਵਾਰ ਦੇ ਕਿਹੜੇ ਮੈਂਬਰ ਮੱਥੇ ਵਟ ਪਾਉਂਦੇ ਹਨ ਦਾਦਾ ਦਾਦੀ ਮਾਤਾ ਪਿਤਾ ਜੀ ਟ੍ਰਾਂਸ ਪ੍ਰੋਗਰਾਮ ਕੀ ਹੈ ਇੱਕ ਗੁਰਮੁਖੀ ਲਿਪੀ ਨੂੰ ਰੋਮਨ ਲਿਪੀ ਵਿੱਚ ਬਦਲਣ ਵਾਲਾ ਇੱਕ ਪ੍ਰੋਗਰਾਮ ਹੈ ਇਸ ਨੂੰ www.learnpunjabi.org ਤੋਂ ਡਾਊਨਲੋਡ ਜੜਾ ਕੀ ਕੀਤਾ ਜਾ ਸਕਦਾ ਹੈ ਫਿਰ ਜੀ ਲੋਕ ਗੀਤ ਕਿਸ ਨੂੰ ਆਖਦੇ ਹਨ ਲੋਕ ਗੀਤ ਲੋਕਾਂ ਦੇ ਦਿਲਾਂ ਵਿੱਚੋਂ ਆਪ ਮੁਹਾਰੇ ਜਿਹੜੇ ਫੁੱਟੇ ਹੁੰਦੇ ਹਨ ਇਹ ਲੋਕਾਂ ਦੀਆਂ ਖੁਸ਼ੀਆਂ ਚਾਵਾ ਪਿਆਰਾ ਵਿਛੋੜਾ ਆਦਿ ਦਾ ਦਿਲੋ ਬਿਆਨ ਇਹਨਾਂ ਲੋਕ ਗੀਤਾਂ ਵਿੱਚ ਜਿਹੜਾ ਕੀ ਹੁੰਦਾ ਹੈ ਪੰਜਾਬ ਦੇ ਲੋਕ ਗੀਤਾਂ ਵਿੱਚ ਕਿਹੜੀਆਂ ਲੋਕ ਖੇਡਾਂ ਦਾ ਜਿਹੜਾ ਕੀ ਜ਼ਿਕਰ ਆਇਆ ਇਸ ਚੈਪਟਰ ਵਿੱਚ ਕਿਕਲੀ ਕੋਰੜਾ ਚਪਾਕੀ ਖਿੱਦੋ ਖੁੰਡੀ ਲੁਕਣ ਮੀਟੀ ਆਦੀ ਬੁੱਢੀ ਅੰਮਾ ਨੇ ਰੋਹਿਤ ਨੂੰ ਕਿੰਨੂ ਕਿਉਂ ਲੈ ਕੇ ਦਿੱਤੇ ਸਨ ਬੁੱਢੀ ਅੰਮਾ ਨੇ ਨਾਨੀ ਦੇ ਪਿਆਰ ਵਜੋਂ ਕਿੰਨੂ ਲੈ ਕੇ ਦਿੱਤੇ ਸਨ ਕਿਉਂ ਉਹ ਕਿਉਂਕਿ ਉਹ ਉਸਦੇ ਨਾਨਕਿਆ ਦੇ ਪਿੰਡ ਲਾਂਦੜੇ ਦੀ ਸੀ ਅਰਚਨਾ ਕਿਹੜੇ ਫਲੋਰ ਤੇ ਰਹਿੰਦੀ ਸੀ ਟਾਪ ਫਲੋਰ ਤੇ ਗਿਰਜ ਕਿਸ ਦੇ ਸਾਥੀ ਨੂੰ ਖਾ ਗਈ ਡੱਡੂ ਦੇ ਤੋਤਾ ਕਿਉਂ ਪਰੇਸ਼ਾਨ ਸੀ ਪ੍ਰਜਾ ਵਿੱਚ ਮਚੀ ਹਾਹਾਕਾਰ ਕਾਰਨ ਮਿਲਖਾ ਸਿੰਘ ਦੀ ਜੀਵਨੀ ਦਾ ਕੀ ਨਾਮ ਹੈ ਫਲਾਈਂਗ ਸਿੱਖ ਮਿਲਖਾ ਸਿੰਘ ਕਿੱਥੋਂ ਦੀ ਦੌੜ ਪਿੱਛੋਂ ਮਿਲਖਾ ਸਿੰਘ ਜਿਹੜਾ ਕਿ ਉਦਾਸ ਹੋ ਗਿਆ ਸੀ ਰੋਮ ਦੀ ਦੌੜ ਪਿੱਛੋਂ ਡਾਕਟਰ ਕਲਾਮ ਨੂੰ ਮਿਲੇ ਸਨਮਾਨਾਂ ਬਾਰੇ ਦੱਸੋ ਪਦਮ ਭੂਸ਼ਣ ਪਦਮ ਵਿਭੂਸ਼ਣ ਤੇ ਭਾਰਤ ਰਤਨ ਫਿਰ ਹੈ ਜੀ ਰੋਹਿਤ ਦੇ ਬਾਬੇ ਜਾਂ ਦਾਦੇ ਦਾ ਕੀ ਨਾਮ ਸੀ ਪੰਡਤ ਕਰਮਚੰਦ ਬੀਬੀ ਰਾਮਪੱਜਨੀ ਦਾ ਜਿਹੜਾ ਪਤੀ ਸੀ ਉਹ ਕਿਹੋ ਜਿਹਾ ਆਦਮੀ ਸੀ ਸ਼ਰਾਬੀ ਤੇ ਜੂਏਬਾਜ਼ ਸੀ लोग जमीन बेच के खरी की खरीद रहे महंगी गोटरसाइकिल आदि नानक सिंह का पहला नाम की संसराज नानक सिंह के किड़े नावल उत्ते फिल्म बनी तो किसने बनाई पवित्र पापी नावल उत्ते फिल्म बनी तो इस बलराज सानी ने बनाया सी। नानक सिंह ने कुल किन्ने नावल लिखे छत्ती नानक सिंह की स्वै जीवनी का नाम की है मेरी दुनिया फिर क्वेश्चन है जी खंडत व्यक्ति का जन्म किवे हों खडित व्यक्ति यानी कि किनू कहा जाता है ਲੋਕ ਜਿਹੜੇ ਹੁੰਦੇ ਨੇ ਨਾ ਜਦੋਂ ਪੜ੍ਹਾਈ ਕਰਨ ਲੱਗਿਆਂ ਕਿ ਕਿਹੜੀ ਡਿਗਰੀ ਕਰਨੀ ਆ ਕਿਹੜਾ ਵਿਸ਼ਾ ਲੈਣਾ ਵਾ ਕਿਹੜਾ ਆਪਾਂ ਜੋਬ ਚ ਜਾਣਾ ਕੀਤਾ ਦੀ ਚੋਣ ਜਾਂ ਨੌਕਰੀ ਦੇ ਲਾਲਚ ਸਮੇਂ ਨਾ ਅਸੀਂ ਸਮਾਜਿਕ ਜਿਹੜਾ ਸਮੋਹਨ ਹੈ ਨਾ ਉਹਦੇ ਦੀ ਨਾਲ ਕੇ ਫੈਸਲੇ ਨੇ ਹਾਂ ਭਈ ਇੰਜੀਨੀਅਰ ਬਣ ਜੀਏ ਹਾਂ ਭਈ ਅਧਿਆਪਕ ਬਣ ਜੀਏ ਹਾਂ ਭਈ ਡਾਕਟਰ ਬਣ ਜੀਏ ਤੇ ਅਸੀਂ ਆਪਣੇ ਅੰਦਰ ਜਿਹੜੇ ਸਾਡਾ ਰੁਝਾਨ ਆ ਸਾਡਾ ਬੁੱਧੀ ਕਿੰਨੀ ਤੇਜ ਆ ਸਾਡਾ ਦਿਮਾਗ ਕਿਸ ਚੀਜ਼ ਵੱਲ ਲੱਗਦਾ ਜਿਹੜੀ ਯੋਗਤਾ ਕੀ ਅਸੀਂ ਉਹਨੂੰ ਧਿਆਨ ਚ ਨਹੀਂ ਰੱਖਦੇ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਆ ਜਿਸ ਕਰਕੇ ਕੀ ਹੁੰਦਾ ਕਿ ਵਿਅਕਤੀ ਦੀ ਜਿਹੜੀ ਬਾਤ ਸਰੀਰ ਰਚਨਾ ਤੇ ਜਿਹੜੀ ਅਵਚੇਤਨੀ ਸਰਚਨਾ ਉਹਦੇ ਬਾਹਰੋਂ ਕੀ ਬਣ ਕੇ ਰਹਿ ਗਿਆ ਹੈ ਜਾਂ ਉਹਦੇ ਅੰਦਰ ਕੀ ਚੱਲਦਾ ਉਹਦੇ 'ਚ ਨਾ ਇੱਕ ਪਾੜਾ ਇੱਕ ਗੈਪ ਆ ਜਾਂਦਾ ਹੈ ਇਹਨੂੰ ਪੂਰਾ ਕਰਨ ਲਈ ਜੋ ਸਮਾਜਿਕ ਭ੍ਰਸ਼ਟਾਚਾਰ ਫਿਰ ਕੀਤਾ ਜਾਂਦਾਸ ਨਾ ਉਸ ਨਾਲ ਖੰਡਿਤ ਵਿਅਕਤੀ ਦਾ ਜਨਮ ਹੁੰਦਾ ਹੈ ਸੋ ਖੰਡਿਤ ਵਿਅਕਤੀ ਦਾ ਜਨਮ ਨਾ ਹੋਵੇ ਇਸ ਤੋਂ ਬਚਾਅ ਕਰਨ ਲਈ ਇਹੀ ਹੈ ਕਿ ਅਸੀਂ ਆਪਣੇ ਆਪਣੀ ਬੁੱਧੀ ਨੂੰ ਆਪਣੇ ਰੁਝਾਨ ਨੂੰ ਉਹਨੂੰ ਧਿਆਨ 'ਚ ਰੱਖਦੇ ਹੋ ਇਹੀ ਆਪਣਾ ਵਿਸ਼ਾ ਕੀਤਾ ਆਦੀ ਜਿਹੜੀ ਚੋਣ ਅਸੀਂ ਕਰੀ ਫਿਰ ਅਗਲਾ ਕੁਐਸਚਨ ਹੈ ਜੀ ਮੁੰਡੀਰ ਤੋਂ ਕੀ ਭਾਵ ਹੈ ਕਿੱਥੇ ਜਾਣ ਦੀ ਰੇਸ ਚ ਲੱਗੇ ਹਨ ਮੁੰਡੀਰ ਜਿਹੜਾ ਜੀ ਅਲੜ ਤੇ ਬੇਸਮਝ ਮੁੰਡਿਆਂ ਦੇ ਜਾਂ ਕੁੜਮ ਲੜਕੀਆਂ ਦੇ ਸਮੂਹ ਨੂੰ ਮੁੰਡੀਰ ਕਿਹਾ ਜਾਂਦਾ ਸਾਰੇ ਵਿਦੇਸ਼ ਜਾਣ ਦੀ ਰੇਸ ਵਿੱਚ ਲੱਗੇ ਹੋਏ ਹਨ ਵਿਗਿਆਨ ਦੇ ਅਧਿਆਪਕ ਨੇ ਨੀਂਦ ਬਾਰੇ ਕੀ ਸਿੱਟਾ ਕੱਢਿਆ ਸੀ ਵਿਗਿਆਨ ਦੇ ਅਧਿਆਪਕ ਨੇ ਦੱਸਿਆ ਕਿ ਰਾਤ 12 ਵਜੇ ਤੋਂ ਜਿਹੜੀ ਪਹਿਲਾਂ ਦੀ ਨੀਂਦ ਹੈ ਉਹ ਰਾਤ 12 ਵਜੇ ਤੋਂ ਬਾਅਦ ਦੀ ਨੀਂਦ ਨਾਲੋਂ ਜ਼ਿਆਦਾ ਚੰਗੀ ਹੈ ਫਿਰ ਹੈ ਜੀ ਨਿਮਰਤਾ ਜਾਂ ਹਲੀਮੀ ਦਾ ਕਿਸ ਨਾਲ ਤਾਲਮਿਲ ਨਹੀਂ ਬੈਠਦਾ ਕਿੱਥੇ ਨਿਮਰਤਾ ਜਾਂ ਹਲੀਮੀ ਨਹੀਂ ਹੁੰਦੀ ਜਿੱਥੇ ਉੱਚਾ ਰੁਤਬਾ ਪੈਸਾ ਤੇ ਇਲਮ ਨਾਲ ਵਿਆਹ ਕਿਸ ਦਾ ਟੁੱਟ ਗਿਆ ਸੀ ਤੇ ਕਿਉਂ ਵਿਆਹ ਉਸ ਬੱਚੇ ਦੇ ਮਾਪਿਓ ਦਾ ਟੁੱਟ ਗਿਆ ਸੀ ਜਿਸ ਦਾ ਜਿਹੜਾ ਕਿ ਪਿਓ ਬੜਾ ਹੰਕਾਰੀ ਤੇ ਗੁੱਸੇਵਰ ਸੀ ਫਿਰ ਅਜੀ ਕੁੜੀਆਂ ਕਿਸ ਨੂੰ ਵੇਖੀਆਂ ਸੀਆਂ ਤੇ ਅੱਗੋਂ ਕੀ ਜਵਾਬ ਮਿਲਿਆ ਕੁੜੀਆਂ ਵਿਆਹੀ ਹੋਈ ਪਹਾੜਨ ਕੁੜੀ ਨੂੰ ਵੇਖ ਕੇ ਹੱਸੀਆਂ ਅੱਗੋਂ ਉਸਨੇ ਕੁਝ ਦੁਰਜੋਕੇ ਜਵਾਬ ਦਿੱਤਾ ਕਿ ਉਹ ਉਸ ਦੀ ਗੋਤ ਵੇਖ ਕੇ ਹੱਸੀਆਂ ਸਨ ਬਰਾਹਾ ਸੌਫਟਵੇਅਰ ਕਿਸ ਕੰਮ ਆਉਂਦਾ ਹੈ ਬਰਾਹਾ ਜਿਹੜਾ ਕਿ ਦਸਤਾਵੇਜ਼ਾਂ ਸੰਪਾਦਨ ਤੇ ਛਪਾਈ ਲਈ ਵਰਤਿਆ ਜਾਂਦਾ ਹੈ ਫਿਰ ਅਜੀ Google ਇਨਪੁਟ ਟੂਲ ਕਿਸ ਕੰਮ ਆਉਂਦਾ ਹੈ ਤੇ ਇਹ ਕਿਹੜੀ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ Google ਇਨਪੁਟ ਟੂਲ ਪਿੰਪਿੰ ਪਾ ਸ਼ਾਵਾਂ ਵਿੱਚ ਟਾਈਪ ਕਰਨ ਦਾ ਇੱਕ ਪ੍ਰੋਗਰਾਮ ਹੈ ਜੋ ਵੱਖ-ਵੱਖ ਭਾਸ਼ਾਵਾਂ ਨੂੰ ਯੂਨੀਕੋਡ ਮਿਆਰੀ ਫੌਂਟ ਦੀ ਸਾਂਝੀ ਸਟੇਜ ਪ੍ਰਦਾਨ ਕਰਦਾ ਹੈ ਇਹ ਪੰਜਾਬੀ ਸਮੇਤ 22 ਭਾਸ਼ਾਵਾਂ ਵਿੱਚ ਕੰਮ ਕਰਦਾ ਹੈ ਇਸ ਨੂੰ Google ਤੋਂ ਜਿਹੜਾ ਕਿ ਡਾਊਨਲੋਡ ਕੀਤਾ ਜਾ ਸਕਦਾ ਹੈ ਫਿਰ ਅਜੀ ਪੰਜਾਬੀਆਂ ਨੇ ਕਿਹੜੀ ਫਸਲ ਪੈਦਾ ਕਰਨ ਵਿੱਚ ਸਿਰ ਲਾ ਦਿੱਤਾ ਸੀ ਕਣਕ ਤੇ ਝੋਨਾ ਫਿਰ ਅਗਲਾ ਕੁਐਸਚਨ ਹੈ ਜੀ ਅੱਖਰ ਸੌਫਟਵੇਅਰ ਬਾਰੇ ਦੱਸੋ ਅੱਖਰ ਪੰਜਾਬੀ ਦਾ ਪਹਿਲਾ ਤਿਕੋ ਇੱਕ ਵਰਡ ਪ੍ਰੋਸੈਸਰ ਹੈ ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਗੁਰਪ੍ਰੀਤ ਸਿੰਘ ਦੁਆਰਾ ਵਿਕਸਿਤ ਕੀਤਾ ਗਿਆ ਇਹ ਸੌਫਟਵੇਅਰ ਪੰਜਾਬੀ ਦੇ 720 ਫੌਂਟਾਂ ਤੇ ਸੱਤੀ ਕੀਬੋਰਡਾਂ ਖਾਕਿਆਂ ਵਿੱਚ ਕੰਮ ਕਰਨ ਦੇ ਸਮਰੱਥ ਹੈ ਫਿਰ ਅਜੀ ਲਿਪੀਕਾਰ ਕੀ ਹੈ ਲਿਪੀਕਾਰ ਰਹੀ ਸੀ ਅੰਗਰੇਜ਼ੀ ਦੇ ਰਵਾਇਤੀ ਕੀਬੋਰਡ ਦੀ ਵਰਤੋਂ ਕਰਕੇ ਪੰਜਾਬੀ ਵਿੱਚ ਵੀ ਇਸ ਨੂੰ ਟਾਈਪ ਜਿਹੜਾ ਕਿ ਕਰ ਸਕਦੇ ਆ ਅਗਲਾ ਕੁਐਸਚਨ ਹੈ ਜੀ ਪੰਦਰ ਰਾਮ ਪਜਨੀ ਤੋਂ ਕੀ-ਕਿਓ ਲੈ ਕੇ ਜਾਂਦਾ ਦੋ ਗਾਗਰਾਂ ਚਾਦਰਾਂ ਦਾ ਜੋੜਾ ਰੇਸ਼ਮੀ ਕਪੜੇ ਤੇ ਗਹਿਣਿਆਂ ਦਾ ਡੱਬਾ ਫਿਰ ਹੈ ਜੀ ਸਿੱਖ ਧਰਮ ਵਿੱਚ ਗੁਰੂ ਪਤਨੀ ਨੂੰ ਕੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ ਗੁਰੂ ਮਹਿਲ ਬੀਬੀ ਪਾਨੀ ਜੀ ਨੇ ਕਿਸ ਤੋਂ ਵਰ ਮੰਗਿਆ ਸੀ ਬੀਬੀ ਪਾਨੀ ਜੀ ਨੇ ਗੁਰਮਰਦਾਸ ਜੀ ਤੋਂ ਵਰ ਮੰਗਿਆ ਸੀ ਕਿ ਗੁਰੂ ਪਰੰਪਰਾ ਜਿਹੜੀ ਕਿ ਉਹਨਾਂ ਆਪਣੇ ਵੰਸ਼ ਵਿੱਚ ਚੱਲਦੀ ਰਹੇ ਫਿਰ ਹੈ ਜੀ ਭਾਰਤ ਨੂੰ ਮਹਾਸ਼ਕਤੀ ਬਣਾਉਣ ਲਈ ਡਾਕਟਰ ਕਲਾਮ ਜੀ ਨੇ ਕਿਹੜੇ ਪੰਜ ਖੇਤਰਾਂ ਦੀ ਪਛਾਣ ਕੀਤੀ ਖੇਤੀਬਾੜੀ ਤੇ ਖੁਰਾਕੀ ਵਸਤਾ ਸਿੱਖਿਆ ਤੇ ਸਿਹਤ ਸੂਚਨਾ ਤੇ ਸੰਚਾਰ ਤਕਨੋਲੋਜੀ ਬਿਜਲੀ ਊਰਜਾ ਤੇ ਸੜਕ ਆਵਾਜਾਈ ਕੁਝ ਹੋਰ ਜਿਹੜੇ ਕੀ ਇੰਪੋਰਟੈਂਟ ਕੁਐਸਚਨ ਨੇ ਕਿ ਕਿਹੜਾ ਵਿਅਕਤੀ ਪ੍ਰਕਿਰਤੀ ਸਮਾਜ ਤੇ ਸੱਭਿਆਚਾਰ ਲਈ ਵਰਦਾਨ ਸਿੱਧ ਹੋ ਸਕਦਾ ਹੈ ਫਿਰ ਹੈ ਜੀ ਰੁੰਡਮੁੰਡ ਰੋਖ ਨੂੰ ਵੇਖ ਕੇ ਲੇਖਕ ਦੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਪੈਦਾ ਹੋਏ ਨਾਨਕ ਸਿੰਘ ਦੇ ਨਾਵਲਾਂ ਦਾ ਵਿਸ਼ਾ ਕਿਹੋ ਜਿਹਾ ਹੈ ਧਰਮ ਬਾਰੇ ਡਾਕਟਰ ਕਲਾਮ ਦੇ ਕੀ ਵਿਚਾਰ ਸਨ ਵੰਦਨਾ ਤੇ ਅਰਚਨਾ ਵਿਚਕਾਰ ਝਗੜੇ ਦਾ ਕਾਰਨ ਕੀ ਸੀ ਆਸਟ੍ਰੇਲੀਆ ਵਿੱਚ ਲੇਖਕ ਨੂੰ ਭਾਰਤੀਆਂ ਦੀ ਕਿਹੜੀਆਂ ਬੁਰਾਈਆਂ ਯਾਦ ਆਉਂਦੀਆਂ ਹਨ ਗੌਡੀ ਬੈਰਾਗਨ ਸ਼ਬਦ ਦਾ ਕੇਂਦਰੀ ਭਾਵ ਦੱਸੋ ਲਾਇਕ ਬੱਚਿਆਂ ਦੀ ਹੌਮੇ ਬਾਰੇ ਲੇਖਕਾਂ ਨੇ ਕੀ ਦੱਸਿਆ ਹੈ 이어ਫੋਨ ਦੇ ਦੋ ਫਾਇਦੇ ਤੇ ਦੋ ਨੁਕਸਾਨ ਦੱਸੋ ਮਿਲਖਾ ਸਿੰਘ ਨੂੰ ਫਲਾਈਂਗ ਸਿੱਖਦਾ ਕਿਤਾਬ ਕਿੱਥੇ ਮਿਲਿਆ ਅਤੇ ਮੀਰੀ ਪੀਰੀ ਤੋਂ ਕੀ ਭਾਵ ਹੈ ਇਹ ਜਿਹਨ ਕੀ ਇੰਪੋਰਟੈਂਟ ਜਿਹੜੇ ਕੁਐਸਚਨ ਨੇ 10ਵੀਂ ਦੇ ਬੋਰਡ ਦੇ ਪੇਪਰਾਂ ਵਾਸਤੇ ਸੋ ਇਹ ਸਾਰੇ ਉਹ ਇੰਪੋਰਟੈਂਟ ਕੁਐਸਚਨ ਕਵਿਤਾ ਤੇ ਵਾਰਤਕ ਭਾਗ ਵਿੱਚੋਂ ਉਮੀਦ ਕਰਦੇ ਤਾਨੂੰ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਉਹਨਾਂ ਦੇ ਆਨਸਰ ਵੀ ਨਾਲ ਦਿੱਤੇ ਹਨ ਉਹ ਵੀ ਸਮਝ ਆ ਗਏ ਹੋਣਗੇ ਤੇ ਜੇ ਨਹੀਂ ਵੀ ਕੋਈ ਕੁਐਸਚਨ ਨਹੀਂ ਸਮਝ ਆਇਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖੋ ਕੋਸ਼ਿਸ਼ ਪੂਰੀ ਰੇਗੀ ਤੁਹਾਨੂੰ ਉਹ ਚੈਪਟਰ ਜਾਂ ਪ੍ਰਸ਼ਨ ਜਿਹੜਾ ਕਿ ਮੈਂ ਤੁਹਾਨੂੰ ਦੁਬਾਰਾ ਰਿਵਾਈਜ਼ ਕਰਵਾ ਸਕਾਂ ਬਾਕੀ ਜਿਹੜੇ ਬੱਚੇ ਨੂੰ ਵੀ ਇਹਦਾ ਜਿਹੜੇ ਇੰਪੋਰਟੈਂਟ ਕੁਐਸਚਨਾਂ ਦਾ ਪੀਡੀਐਫ ਚਾਹੀਦਾ ਜਾਂ ਵੀਡੀਓ ਵਿੱਚ ਫੋਟੋ ਨਹੀਂ ਕਲੀਅਰ ਆਂਦੀ ਆ ਪੂਰਾ ਪੀਡੀਐਫ ਚਾਹੀਦਾ ਹੈ ਤੁਸੀਂ ਮੇਰੇ ਮੋਬਾਈਲ ਨੰਬਰ ਜਿਹੜਾ ਕਿ 9215750821 ਹੈ ਉੱਤੇ ਇੱਕ ਵਟਸਐਪ ਮੈਸੇਜ ਕਰ ਦਿਓ ਮੈਂ ਤੁਹਾਨੂੰ ਪੀਡੀਐਫ ਉਹਦੇ ਤੇ ਸੈਂਡ ਕਰ ਦਵਾਂਗੀ ਸੋ ਲਾਸਟ ਵਿੱਚ ਫੇਰ ਇੱਕ ਵਾਰੀ 올 ਦਾ ਬੈਸਟ ਪਰਮਾਤਮਾ ਖੂਬ ਤੁਹਾਨੂੰ ਉੱਤੇ ਰੱਖੀ ਦੇ ਹੱਸਦੇ